ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਮਿਕਸਡ ਨੂੰ ਪ੍ਰੋਪਰ ਤੇ ਇਮਪ੍ਰੋਪਰ ਵਿੱਚ ਚੇਂਜ ਕਰਨਾ ਸਿੱਖਾਂਗੇ ਤੇ ਇਮਪ੍ਰੋਪਰ ਨੂੰ ਮਿਕਸਡ ਵਿੱਚ ਚੇਂਜ ਕਰਨਾ ਸਿੱਖਾਂਗੇ। ਇਹਦੇ ਵਿੱਚ ਡਿਨੋਮੀਨੇਟਰ ਨੂੰ ਇਸੇ ਤਰੀਕੇ ਨਾਲ ਤੁਸੀਂ ਲਿਖਣਾ ਹੁੰਦਾ ਆ ਤੇ ਜੋ ਡਿਨੋਮੀਨੇਟਰ ਹੁੰਦਾ ਨਾ ਉਹਨੂੰ ਸਾਈਡ ਵਾਲੇ ਨਾਲ ਹੋਲ ਨੰਬਰ ਨਾਲ ਮਲਟੀਪਲਾਈ ਕਰਕੇ ਤੇ ਉਹਦੇ ਵਿੱਚ ਜੋ ਉੱਪਰ ਵਾਲਾ 4 ਹੁੰਦਾ ਉਹਨੂੰ ਪਲੱਸ ਕਰਨਾ ਹੁੰਦਾ। 3 3 ਐਂਡ 9 4 ਇਹਨਾਂ ਨੂੰ ਪਲੱਸ ਕਰਕੇ 13/3 ਤੁਸੀਂ ਦੇਖ ਰਹੇ ਹੋ ਕਿ ਇਹ ਇੰਪਰੋਪਰ ਵਿੱਚ ਚੇਂਜ ਹੋ ਗਿਆ ਠੀਕ ਹੈ ਇਹਦਾ ਇਹ ਮੈਥਡ ਹੁੰਦਾ ਆ ਉਸ ਤੋਂ ਬਾਅਦ ਇੰਪਰੋਪਰ ਨੂੰ ਮਿਕਸਰ ਦੇ ਵਿੱਚ ਕਿੱਦਾਂ ਚੇਂਜ ਕਰ ਸਕਦੇ ਹੋ ਇਹਦਾ ਵੀ ਇੱਕ ਸਿੰਪਲ ਮੈਥਡ ਹੈਗਾ ਤੁਸੀਂ ਨਾ 3 ਨੂੰ 14 ਨਾਲ ਇਦਾਂ ਡਿਵਾਈਡ ਕਰਨਾ ਠੀਕ ਹੈ 3 4 12 ਰਿਮੇਂਡਰ ਕਿੰਨਾ ਆ ਗਿਆ ਤੁਹਾਡਾ 2 ਠੀਕ ਹੈ ਜੋ ਰਿਮੇਂਡਰ ਹੁੰਦਾ ਵਾ ਨਾ ਇਦਾਂ ਰਿਮੇਂਡਰ ਹੋ ਗਿਆ ਇਹ ਤੁਹਾਡਾ ਕੁਐਸਚਨ ਹੋ ਗਿਆ ਠੀਕ ਹੈ ਇਹਦਾ ਯਾਦ ਰੱਖਣ ਦਾ ਇਹੋ ਤਰੀਕਾ ਵਾ ਕਿ ਜੋ ਲਾਸਟ ਵਾਲਾ 3 ਆ ਨਾ ਉਹਨੂੰ ਇਸੇ ਤਰੀਕੇ ਨਾਲ ਲਿਖਣਾ ਹੁੰਦਾ ਜੋ ਰਿਮੈਂਡਰ ਹੁੰਦਾ ਉਹਨੂੰ ਉੱਪਰ ਔਰ ਕੁਸ਼ਣ ਨੂੰ ਸਾਈਡ ਦੇ ਉੱਪਰ ਇਹਨੂੰ ਚੈੱਕ ਅਸੀਂ ਕਿਸ ਤਰੀਕੇ ਨਾਲ ਕਰ ਸਕਦੇ ਹਾਂ ਦੇਖੋ 4 3 ਆ 12 12 ਦੇ ਵਿੱਚ ਉੱਪਰ ਵਾਲਾ 2 ਐਡ ਕਰਕੇ ਫਿਰ ਤੋਂ 14 ਪਾਉਂ 3 ਬਣ ਸਕਦਾ ਇਹ ਹੈਗਾ ਮਿਕਸਡ ਫ੍ਰੈਕਸ਼ਨ ਠੀਕ ਹੈ ਇਸ ਤਰੀਕੇ ਦੇ ਨਾਲ ਇਹ ਮੈਥਡ ਹੁੰਦੇ ਆ ਚੇਂਜ ਕਰਨ ਵਾਲੇ ਇਹ ਬੜੇ ਇਜ਼ੀ ਮੈਥਡ ਆ ਤੁਸੀਂ ਇਸੇ ਤਰੀਕੇ ਦੇ ਨਾਲ ਇਹਨਾਂ ਨੂੰ ਚੇਂਜ ਕਰ ਸਕਦੇ ਹੋ ਮਿਕਸਡ ਤੋਂ ਇੰਪ੍ਰੋਪਰ ਔਰ ਇੰਪ੍ਰੋਪਰ ਤੋਂ ਮਿਕਸਡ ਥੈਂਕਸ